ਨਾਨਕੇ ਘਰ ਆਏ ਦੋ ਮਾਸੂਮ ਬੱਚਿਆਂ ਦੀ ਛੱਪੜ ਦੇ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਹ ਦੋਵੇਂ ਬੱਚੇ ਆਪਣੇ ਨਾਨਕੇ ਘਰ ਆਏ ਸੀ ਅਤੇ ਦੱਸਿਆ ਜਾ ਰਿਹਾ ਕਿ ਖੇਡਦੇ ਖੇਡਦੇ ਇਹ ਛੱਪੜ ਦੇ ਕੋਲ ਪਹੁੰਚ ਜਾਂਦੇ ਨੇ ਅਤੇ ਛੱਪੜ ਦੇ ਵਿੱਚ ਹੀ ਦੋਵੇਂ ਡੁੱਬ ਜਾਂਦੇ ਨੇ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾਂਦੀ ਹੈ, ਪਰ ਦੱਸਿਆ ਜਾ ਰਿਹਾ ਕਿ ਜਦੋਂ ਇਹ ਕਿਤੇ ਨਹੀਂ ਮਿਲਦੇ ਤਾਂ ਥੋੜ੍ਹੀ ਦੇਰ ਬਾਅਦ ਇਹਨਾਂ ਦੋਵਾਂ ਦੀਆਂ ਹੀ ਲਾਸ਼ਾਂ ਜੋ ਨੇ ਉਹ ਛੱਪੜ ਦੇ ਉੱਪਰ ਆਉਂਦੀਆਂ ਨੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਦੋਵੇਂ ਇਹ ਬੱਚੇ ਜੋ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਆਪਣੇ ਨਾਨਕੇ ਘਰ ਆਏ ਹੋਏ ਸੀਗੇ ਅਤੇ ਨਾਨਕੇ ਘਰ ਆਉਣ ਤੋਂ ਬਾਅਦ ਇਹ ਜਦੋਂ ਬਾਹਰ ਖੇਡ ਰਹੇ ਸੀ ਤਾਂ ਅਚਾਨਕ ਹੀ ਇਹ ਛੱਪੜ ਦੇ ਵੱਲ ਤੁਰ ਜਾਂਦੇ ਨੇ ਅਤੇ ਛੱਪੜ ਦੇ ਵਿੱਚ ਦੱਸਿਆ ਜਾ ਰਿਹਾ ਕਿ ਡੁੱਬਣ ਕਾਰਨ ਇਹਨਾਂ ਦੀ ਮੌਤ ਹੋ ਗਈ ਹੈ। ਤਾਂ ਦੋਵੇਂ ਇਹ ਭੈਣ ਭਰਾ ਸੀ ਜਿਸ ਦੇ ਵਿੱਚ ਭਰਾ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ ਜਦਕਿ ਭੈਣ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਸਾਰੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਭੈਣ ਭਰਾਵਾਂ ਦੀ ਅਚਾਨਕ ਹੀ ਛੱਪੜ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਟੋਹਾਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਘਰ ਦੇ ਬਾਹਰ ਖੇਡ ਰਹੀ ਬੱਚੀ ਅਚਾਨਕ ਹੀ ਛੱਪੜ ਦੇ ਵੱਲ ਤੁਰ ਜਾਂਦੀ ਹੈ ਅਤੇ ਛੱਪੜ ਦੇ ਵਿੱਚ ਡਿੱਗਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਅਤੇ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਛੱਪੜ ਦੇ ਆਲੇ ਦੁਆਲੇ ਭਾਲ ਕੀਤੀ ਜਾਂਦੀ ਹੈ ਤਾਂ ਥੋੜ੍ਹੀ ਦੇਰ ਬਾਅਦ ਹੀ ਉਸਦੀ ਲਾਸ਼ ਜੋ ਹੈ ਉਹ ਤੈਰਦੀ ਹੋਈ ਆਉਂਦੀ ਹੈ ਅਤੇ ਮਾਂ ਦੇ ਵੱਲੋਂ ਖੁਦ ਵੜ ਕੇ ਉਸ ਬੱਚੀ ਦੀ ਲਾਸ਼ ਕੱਢੀ ਜਾਂਦੀ ਹੈ। ਤਾਂ ਬਿਲਕੁਲ ਠੀਕ ਉਸਦੇ ਨਾਲ ਹੀ ਇਹ ਮਿਲਦਾ ਜੁਲਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਮਾਸੂਮ ਬੱਚਿਆਂ ਦੀ ਛੱਪੜ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਨਾਨਕੇ ਘਰ ਇਹ ਆਏ ਹੋਏ ਸੀ ਅਤੇ ਬੱਚੇ ਦੀ ਉਮਰ ਜੋ ਹੈ ਮੁੰਡੇ ਦੀ ਉਹ 9 ਸਾਲ ਜਦਕਿ ਬੱਚੀ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ। ਨਾਨਕੇ ਘਰ ਆਏ ਦੋ ਮਾਸੂਮ ਬੱਚਿਆਂ ਦੀ ਛੱਪੜ ਦੇ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਹ ਦੋਵੇਂ ਬੱਚੇ ਆਪਣੇ ਨਾਨਕੇ ਘਰ ਆਏ ਸੀ ਅਤੇ ਦੱਸਿਆ ਜਾ ਰਿਹਾ ਕਿ ਖੇਡਦੇ ਖੇਡਦੇ ਇਹ ਛੱਪੜ ਦੇ ਕੋਲ ਪਹੁੰਚ ਜਾਂਦੇ ਨੇ ਅਤੇ ਛੱਪੜ ਦੇ ਵਿੱਚ ਹੀ ਦੋਵੇਂ ਡੁੱਬ ਜਾਂਦੇ ਨੇ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾਂਦੀ ਹੈ, ਪਰ ਦੱਸਿਆ ਜਾ ਰਿਹਾ ਕਿ ਜਦੋਂ ਇਹ ਕਿਤੇ ਨਹੀਂ ਮਿਲਦੇ ਤਾਂ ਥੋੜ੍ਹੀ ਦੇਰ ਬਾਅਦ ਇਹਨਾਂ ਦੋਵਾਂ ਦੀਆਂ ਹੀ ਲਾਸ਼ਾਂ ਜੋ ਨੇ ਉਹ ਛੱਪੜ ਦੇ ਉੱਪਰ ਆਉਂਦੀਆਂ ਨੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਦੋਵੇਂ ਇਹ ਬੱਚੇ ਜੋ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਆਪਣੇ ਨਾਨਕੇ ਘਰ ਆਏ ਹੋਏ ਸੀਗੇ ਅਤੇ ਨਾਨਕੇ ਘਰ ਆਉਣ ਤੋਂ ਬਾਅਦ ਇਹ ਜਦੋਂ ਬਾਹਰ ਖੇਡ ਰਹੇ ਸੀ ਤਾਂ ਅਚਾਨਕ ਹੀ ਇਹ ਛੱਪੜ ਦੇ ਵੱਲ ਤੁਰ ਜਾਂਦੇ ਨੇ ਅਤੇ ਛੱਪੜ ਦੇ ਵਿੱਚ ਦੱਸਿਆ ਜਾ ਰਿਹਾ ਕਿ ਡੁੱਬਣ ਕਾਰਨ ਇਹਨਾਂ ਦੀ ਮੌਤ ਹੋ ਗਈ ਹੈ। ਤਾਂ ਦੋਵੇਂ ਇਹ ਭੈਣ ਭਰਾ ਸੀ ਜਿਸ ਦੇ ਵਿੱਚ ਭਰਾ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ ਜਦਕਿ ਭੈਣ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਸਾਰੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਭੈਣ ਭਰਾਵਾਂ ਦੀ ਅਚਾਨਕ ਹੀ ਛੱਪੜ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਟੋਹਾਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਘਰ ਦੇ ਬਾਹਰ ਖੇਡ ਰਹੀ ਬੱਚੀ ਅਚਾਨਕ ਹੀ ਛੱਪੜ ਦੇ ਵੱਲ ਤੁਰ ਜਾਂਦੀ ਹੈ ਅਤੇ ਛੱਪੜ ਦੇ ਵਿੱਚ ਡਿੱਗਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਅਤੇ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਛੱਪੜ ਦੇ ਆਲੇ ਦੁਆਲੇ ਭਾਲ ਕੀਤੀ ਜਾਂਦੀ ਹੈ ਤਾਂ ਥੋੜ੍ਹੀ ਦੇਰ ਬਾਅਦ ਹੀ ਉਸਦੀ ਲਾਸ਼ ਜੋ ਹੈ ਉਹ ਤੈਰਦੀ ਹੋਈ ਆਉਂਦੀ ਹੈ ਅਤੇ ਮਾਂ ਦੇ ਵੱਲੋਂ ਖੁਦ ਵੜ ਕੇ ਉਸ ਬੱਚੀ ਦੀ ਲਾਸ਼ ਕੱਢੀ ਜਾਂਦੀ ਹੈ। ਤਾਂ ਬਿਲਕੁਲ ਠੀਕ ਉਸਦੇ ਨਾਲ ਹੀ ਇਹ ਮਿਲਦਾ ਜੁਲਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਮਾਸੂਮ ਬੱਚਿਆਂ ਦੀ ਛੱਪੜ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਨਾਨਕੇ ਘਰ ਇਹ ਆਏ ਹੋਏ ਸੀ ਅਤੇ ਬੱਚੇ ਦੀ ਉਮਰ ਜੋ ਹੈ ਮੁੰਡੇ ਦੀ ਉਹ 9 ਸਾਲ ਜਦਕਿ ਬੱਚੀ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ।